ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਤਰਨਜੀਤ ਕੌਰ ਪੇਸ਼ ਨੇ ਹੁਣ ਤੱਕ ਦੀਆਂ ਖਬਰਾਂ ਲੋਕ ਸਭਾ ਚੋਣਾਂ ਦੀ 7ਵੀਂ ਤੇ ਆਖਰੀ ਗੇੜ ਲਈ ਵੋਟਾਂ ਪਲਕੇ ਹੋਣਗੀਆਂ ਤੇ ਸਾਰੀ ਗੇੜਾਂ ਦੇ ਨਤੀਜਿਆਂ ਦਾ ਐਲਾਨ 4 ਜੂਨ ਨੂੰ ਕੀਤਾ ਜਾਵੇਗਾ 7ਵੇਂ ਗੇੜ ਵਿੱਚ 7 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ 904 ਉਮੀਦਵਾਰ ਚੋਣ ਮੈਦਾਨ ਵਿੱਚ ਨੇ 7ਵੇਂ ਤੇ ਆਖਰੀ ਗੇੜ ਤੱਕ ਬਾਕੀ ਰੰਦੀਆਂ 57 ਸੀਟਾਂ ਦੇ ਨਾਲ-ਨਾਲ ਉੜੀਸ਼ਾ ਵਿਧਾਨ ਸਭਾ ਦੇ ਚੌਥੇ ਤੇ ਆਖਰੀ ਗੇੜ ਤੱਕ 42 ਸੀਟਾਂ ਤੇ ਵੀ ਵੋਟਾਂ ਪੈਣਗੀਆਂ ਇਸ ਤੋਂ ਇਲਾਵਾ ਮਾਧ ਪ੍ਰਦੇਸ਼ ਦੀਆਂ 6 ਸੀਟਾਂ ਤੇ ਵੀ ਜ਼ਿੰਮਨੀ ਚੋਣ ਹੋਵੇਗੀ ਖਾਸ ਕਰ ਇਹ ਹੈ ਕਿ ਇਸ ਗੇੜ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਨਸੀ ਤੋਂ ਚੋਣ ਲੜ ਰਹੇ ਨੇ ਇਸ ਗੇੜ ਵਿੱਚ ਪੰਜਾਬ ਦੀਆਂ 13 ਸੀਟਾਂ ਗੁਰਦਾਸਪੁਰ ਅੰਮ੍ਰਿਤਸਰ ਸ਼ਿਰਖਡੂਰ ਸਾਹਿਬ ਜਲੰਧਰ ਹੁਸ਼ਿਆਰਪੁਰ ਸ਼੍ਰੀਨਾਨਪੁਰ ਸਾਹਿਬ ਲੁਧਿਆਣਾ ਫਤਿਹਗੜ ਸਾਹਿਬ ਫਰੀਦਕੋਟ ਫਿਰੋਜ਼ਪੁਰ ਬਠਿੰਡਾ ਸੰਗਰੂਰ ਅਤੇ ਪਟਿਆਲਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਇੱਕ ਸੀਟ ਸ਼ਾਮਲ ਹੈ ਹਿਮਾਚਲ ਪ੍ਰਦੇਸ਼ ਦੀਆਂ ਚਾਰ ਸੀਟਾਂ ਕਾਂਗੜਾ ਮੰਡੀ ਹਮੀਰਪੁਰ ਅਤੇ ਸ਼ਿਮਲਾ ਵੀ ਸ਼ਾਮਲ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਬਿੰਸ ਸੀ ਨੇ ਚੰਡੀਗੜ੍ਹ ਵਿਖੇ ਪਲਕੇ ਦੀ VOTING ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਇਸ ਵਾਰ ਪੰਜਾਬ ਵਿੱਚ 70% ਤੋਂ ਵੱਧ VOTING ਦਾ ਟੀਚਾ ਮਿੱਥਿਆ ਗਿਆ ਹੈ ਜਿਸ ਨੂੰ ਧਿਆਨ ਵਿੱਚ ਰੱਖਦੇ ਹਾਂ ਪਿਛਲੇ 2.5 ਮਹੀਨਿਆਂ ਵਿੱਚ ਵੱਖ-ਵੱਖ ਪੱਧਰ ਤੇ ਸਵੀਪ ਸਰਗਰਮੀਆਂ ਕਰਵਾਈਆਂ ਗਈਆਂ ਨੇ ਉਹਨਾਂ ਦੱਸਿਆ ਕਿ ਲੋਕ ਸਭਾ ਚੋਣਾਂ ਸੰਬੰਧੀ ਚੋਣ ਕਮਿਸ਼ਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ 18 ਤੋਂ 19 ਸਾਲ ਉਮਰ ਵਰਗ ਦੇ VOTERਾਂ ਦੀ ਗਿਣਤੀ 5,38,000 ਜਿਹੜੇ ਪਹਿਲੀ ਵਾਰ ਆਪਣੇ VOT ਪਾਉਣ ਦੇ ਹੱਕ ਦੀ ਵਰਤੋਂ ਕਰਨਗੇ ਜਲੰਧਰ ਲੋਕ ਸਭਾ ਹਲਕੇ ਵਿੱਚ ਚੋਣਾਂ ਨੂੰ ਲੈ ਕੇ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣ ਅਮਲੇ ਦੀਆਂ ਟੀਮਾਂ ਨੂੰ ਈਵੀਐਮ ਅਤੇ ਵੀਵੀ ਪੈਡ ਮਸ਼ੀਨਾਂ ਸਣੇ ਪੋਲਿੰਗ ਸਟੇਸ਼ਨਾਂ ਤੇ ਰਵਾਨਾ ਕਰ ਦਿੱਤਾ ਗਿਆ ਜਿਹੜੀਆਂ ਅੱਜ ਸ਼ਾਮ ਤੱਕ ਵਕਫ ਵਕ ਪੋਲਿੰਗ ਸਟੇਸ਼ਨਾਂ ਤੇ ਸਥਾਪਿਤ ਹੋ ਜਾਣਗੀਆਂ ਇਹਨਾਂ ਮਸ਼ੀਨਾਂ ਦੀ ਸਿਖਲਾਈ ਪਹਿਲਾਂ ਤੋਂ ਹੀ ਮਤਦਾਨ ਕਰਮੀਆਂ ਨੂੰ ਚਾਰ ਪੜਾਵਾਂ ਤਹਿਤ ਦਿੱਤੀ ਜਾ ਚੁੱਕੀ ਹੈ ਜਲੰਧਰ ਵਿੱਚ ਕੁੱਲ 165455 ਵੋਟਰ ਨੇ ਜਿਨ੍ਹਾਂ ਵਿੱਚ 868688 ਮਰਦ ਅਤੇ 794000 273 ਮਹਿਲਾਵਾਂ ਸਮੇਤ 44 트랜스젠ਡਰ ਵੋਟਰ ਵੀ ਸ਼ਾਮਲ ਨੇ ਚੋਣਾਂ ਨੂੰ ਸ਼ਾਂਤਮਈ ਅਤੇ ਨਿਰਪੱਖਤਾੰਗਨਾ ਨੇ ਪ੍ਰਚਾਲਨ ਲਈ ਸ੍ਰੇਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ मेरी पीरी के मालिक छेवें पातशाह श्री गुरु हर गोबिंद साहब जी का गुरुता गिवस अकाल तख्त साहब विखे धार्मिक श्रद्धा उत्साह न मनाया जा रहा है सचखंड श्री हरिमंदर साहब श्री अकाल तखत साहब और गुरुद्वारा बबा अटल राय साहब विखे पवित्र जलो सजाए गए वीड्डी गिनती में वी संगतान ने सचखंड श्री हरिमंदिर साहब अकाल तख्त साहब विखे नतमस्तक होकर गुरु साहब नतकार भेंट किया छेवें पातशाह श्री गुरु हर साहब जी के गुरुता ग्द्दीद्दी दहाड़ी के संबंध में श्री अकाल तख्त साहब विखे श्री अखंड पाठ साहब के भोग पाए गए ਜਿਸ ਪ੍ਰੰਤ ਸਚਕੰਸ਼ੇਰ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ आरएनयू ਡੀਡੀਕੇ ਜਲੰਧਰ ਦੇ YouTube ਚੈਨਲ Facebook ਪੇਜ ਅਤੇ ਸੋਸ਼ਲ ਮੀਡੀਆ ਪਲੇਟਫਾਰਮ X ਤੇ ਵੀ ਦੇਖ ਸਕਦੇ ਨੇ ਤੇ ਇਸ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ ਇਜਾਜ਼ਤ ਦਿਓ ਨਮਸਕਾਰ